ਤਾ ਵੱਡੀ ਖਬਰ ਦਾ ਜ਼ਿਕਰ ਕਰਨ ਲੱਗਿਆ ਸ਼ਤਾਬ ਦੇ ਐਕਸਪ੍ਰੈਸ ਦੇ ਉੱਤੇ ਪੱਥਰਬਾਜ਼ੀ ਹੋਈ ਐਨੇ ਭਿਆਨਕ ਤਰੀਕੇ ਦੇ ਨਾਲ ਕਿਸੇ ਦੇ ਵੱਲੋਂ ਇਹ ਸੁਪਰ ਪੱਥਰ ਮਾਰਿਆ ਗਿਆ ਕਿ ਪੂਰਾ ਸ਼ੀਸ਼ਾ ਖਿੜਕੀ ਜੜੀਏ ਚੱਕਨਾ ਚੂਰ ਹੋ ਜਾਂਦੀ ਹੈ ਹਾਲਕਿ ਨੀਮਤ ਰਹੀ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਜਿਸ ਤਰੀਕੇ ਦੇ ਨਾਲ ਪੱਥਰਬਾਜ਼ੀ ਹੋਈ ਸੀ ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਸ਼ੀਸ਼ਾ ਕਿਸੇ ਸਵਾਰੀ ਤੇ ਅੱਖ ਮੂ ਨੱਕ ਦੇ ਉੱਤੇ ਵੀ ਲੱਗ ਸਕਦਾ ਸੀ ਕਿਉਂਕਿ ਦੇਖਿਆ ਜਾ ਸਕਦਾ ਹੈ ਕਿ ਸੀਟ ਦੇ ਉੱਤੇ ਕਿਸ ਕਦਰ ਸ਼ੀਸ਼ਾ ਜਿਹੜਾ ਹੈਗਾ ਚੱਕਨਾ ਚੂਰ ਹੋ ਕੇ ਖਿੰਡਿਆ ਹੋਇਆ ਪਰ ਬਹੁਤ ਵੱਡਾ ਬਚਾਅ ਰਹਿ ਗਿਆ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਸਾਰੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਬੀਤੇ ਦਿਨੀ ਬੰਦੇ ਭਾਰਤ ਐਕਸਪ੍ਰੈਸ ਦੇ ਉੱਤੇ ਵੀ ਹਮਲਾ ਹੋਇਆ ਸੀ ਤਰਬਾਜੀ ਹੋਈ ਸੀ ਉਸ ਮਾਮਲੇ ਦੇ ਵਿੱਚ ਵੀ ਜਿਹੜਾ ਹੈਗਾ ਜਾਨੀ ਨੁਕਸਾਨ ਤੋਂ ਬਚਾਅ ਰਹਿ ਜਾਂਦਾ ਤੇ ਹੁਣ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆਉਂਦੀ ਹੈ ਸ਼ਤਾਬਦੀ ਐਕਸਪ੍ਰੈਸ ਦੇ ਉੱਤੇ ਪੱਥਰਬਾਜ਼ੀ ਕੀਤੀ ਗਈ ਹੈ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਪੂਰੇ ਦਾ ਪੂਰਾ ਸ਼ੀਸ਼ਾ ਭੰਨ ਦਿੱਤਾ ਗਿਆ ਵਟਾ ਮਾਰ ਕੇ ਜਿਸ ਤੋਂ ਬਾਅਦ ਸਵਾਰੀਆਂ ਦੀ ਜਾਨ ਜਿਹੜੀ ਹੈ ਵਾਲ-ਵਾਲ ਬਚੀ ਹੈ ਹਾਲਕੀ ਜੇਕਰ ਸਵਾਰੀਆਂ ਪਰੇ ਨਾ ਹੁੰਦੀਆਂ ਤਾਂ ਕਿਸੇ ਸਵਾਰੀ ਦੇ ਅੱਖ ਮੂ ਨੱਕ ਦੇ ਉੱਤੇ ਸ਼ੀਸ਼ਾ ਲੱਗ ਸਕਦਾ ਸੀ ਜਾਨੀ ਨੁਕਸਾਨ ਹੋ ਸਕਦਾ ਸੀਗਾ ਕਿਸੇ ਦਾ ਹੋਰ ਜਿਹੜਾ ਹੈਗਾ ਸਰੀਰਕ ਤੌਰ ਤੇ ਨੁਕਸਾਨ ਹੋ ਸਕਦਾ ਸੀ ਪਰ ਸਵਾਰੀਆਂ ਨੇ ਵਾਲ-ਵਾਲ ਜਿਹੜਾ ਹੈਗਾ ਦੂਰ ਹੋ ਕੇ ਆਪਣੀ ਜਾਨ ਬਚਾਈ ਹੈ ਤਾਂ ਦੱਸਦੀ ਹੈ ਕਿ ਸ਼ੀਸ਼ਾ ਪੂਰਾ ਖਿੰਡਿਆ ਨਜ਼ਰ ਆ ਰਿਹਾ ਦੇਖਿਆ ਜਾ ਸਕਦਾ ਹੈ ਕਿ ਕਿਸ ਟਿੱਕੇ ਦੇ ਨਾਲ ਸ਼ੀਸ਼ਾ ਜਿਹੜਾਗਾ ਖਿੰਡ ਕੇ ਟੁੱਟ ਕੇ ਚੱਕਨਾ ਚੂਰ ਹੋ ਕੇ ਸੀਤਾਂ ਦੇ ਉੱਤੇ ਗਿਰਿਆ ਗਨੀਮਤ ਰਹੀ ਕਿ ਕਿਸੇ ਦੇ ਸੱਟ ਫੇਟ ਨਹੀਂ ਲੱਗੀ ਦੱਸਦੀ ਹੈ ਕਿ ਮੌਕੇ ਦੇ ਉੱਤੇ ਸ਼ੀਸ਼ਾ ਟੁੱਟਣ ਤੋਂ ਬਾਅਦ ਜਿਹੜਾ ਮਾਹੌਲ ਹੈ ਕਾਫੀ ਜ਼ਿਆਦਾ ਪੱਖਚੰਦ ਹੈ ਹਾਲਾਂਕਿ ਸਵਾਰੀਆਂ ਜਿਹੜੀਆਂ ਨੇ ਵਲ-ਵਲ ਬੱਚੀਆਂ ਨੇ ਬਿਲਕੁਲ ਠੀਕ ਹੈ ਜਾਣੀ ਨੁਕਸਾਨ ਤੋਂ ਸਵਾਰੀਆਂ ਦਾ ਬਚਾਅ ਹੋ ਰਿਹਾ ਹੈ ਅਫਰਤੋ ਦੱਸਦੇ ਹਾਂ ਕਿ ਬੀਤੇ ਦਿਨੀ ਬੰਦੇ ਭਾਰਤ ਐਕਸਪ੍ਰੈਸ ਦੇ ਉੱਤੇ ਵੀ ਜਿਹੜੀ ਹੈਗੀ ਪੱਥਰਬਾਜ਼ੀ ਹੁੰਦੀ ਹੈ ਤੇ ਹੁਣ ਸ਼ਤਾਬਦੀ ਟ੍ਰੇਨ ਦੇ ਉੱਤੇ ਪੱਥਰਬਾਜ਼ੀ ਹੋਈ ਹੈ ਜੇਕਰ ਟ੍ਰੇਨ ਦੇ ਨੰਬਰ ਦੀ ਗੱਲ ਕਰੀਏ ਤਾਂ 12045 ਟ੍ਰੇਨ ਦਾ ਨੰਬਰ ਹੈ ਜਿਸ ਦੇ ਉੱਪਰ ਜਿਹੜਾਗਾ ਪੱਥਰਬਾਜ਼ੀ ਹੋਈ ਹੈ ਦੇਖਿਆ ਜਾ ਸਕਦਾ ਹੈ ਕਿ ਕਿਸ ਵਿੱਕੇ ਦਿਨ ਨਾਲ ਜਿਹੜਾਗਾ ਇਸ ਟ੍ਰੇਨ ਦੇ ਉੱਤੇ ਹਮਲਾ ਹੋਏ ਅਦਾਜ਼ੀਏ ਕੇ ਟ੍ਰੇਨ ਦੇ ਉੱਤੇ ਹਮਲਾ ਕੀਤਾ ਗਿਆ 12045 ਸ਼ਤਾਬਦੀ ਐਕਸਪ੍ਰੈਸ ਦੇ ਉੱਤੇ ਹਮਲਾ ਹੋਇਆ ਤੇ ਕੱਲ ਜਿਹੜਾਗਾ ਕਿਹਾ ਜਾ ਰਿਹਾ ਹੈ ਕਿ 10 ਵਜੇ 3 ਮਿੰਟ ਦੇ ਉੱਤੇ ਹਮਲਾ ਹੋਇਆ ਸੀ ਹਾਲਾਂਕਿ ਮੌਕੇ ਦੇ ਉੱਤੇ ਜਿਹੜਾਗਾ ਗਨੀਮਤ ਰਹਿ ਜਾਂਦੀ ਹੈ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੁੰਦਾ ਬਚਾਅ ਰਹਿ ਜਾਂਦਾ ਪਰ ਇਹ ਘਟਨਾ ਬੇਖਦਹੀ ਮੰਦਪਾਗੀ ਹੈ ਕਿਉਂਕਿ ਅਜੇ ਹੀਆਂ ਘਟਨਾਵਾਂ ਮ ਪਹਿਲਾਂ ਵੀ ਸਾਹਮਣੇ ਆ ਚੁੱਕੀਆਂ ਨੇ ਜਿਸ ਤੋਂ ਬਾਅਦ ਹੁਣ ਅੰਬਾਲਾ ਚੌਣੀ ਦੇ ਦੁਆਰਾ ਜਿਹੜਾ ਘਟਨਾ ਸਥਾਨ ਦਾ ਮੌਕੇ ਦੇ ਉੱਤੇ ਜਾਇਜ਼ਾ ਲਿਆ ਗਿਆ ਤਾਂ ਇਹ ਕੋਈ ਪਹਿਲੀ ਘਟਨਾ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਬੰਦੇ ਭਾਰਤ ਐਕਸਪ੍ਰੈਸ ਦੇ ਉੱਤੇ ਹਮਲਾ ਹੋਇਆ ਸੀ ਪੱਥਰਬਾਜ਼ੀ ਕੋਈ ਸੀ ਨਿੱਕੇ ਨਿੱਕੇ ਬੱਚੇ ਜਿਹੜੇ ਨੇ ਮਸਾਂ ਵਾਲ ਵਾਲ ਜਾਨ ਬਚਾ ਕੇ ਜਿਹੜਾਗਾ ਉਥੋਂ ਦੀ ਭੱਜਦੇ ਹਾਲ ਕਿ ਇਸ ਮਾਮਲੇ ਚ ਵੀ ਜੇਕਰ ਕੋਈ ਹੈ ਸ਼ਿੱਸ਼ਾ ਪੂਰੀ ਤਰ੍ਹਾਂ ਦੇ ਨਾਲ ਚੱਕਣਾ ਚੂਰ ਹੋ ਜਾਂਦਾ ਜੇਕਰ ਮੌਕੇ ਦੇ ਉੱਤੇ ਸਵਾਰੀਆਂ ਪਰੇ ਨਾ ਹਟਦੀਆਂ ਤਾਂ ਜਾਨੀ ਮਾਲੀ ਨੁਕਸਾਨ ਜਿਹੜਾਗਾ ਹੋ ਸਕਦਾ ਸੀ